ਨਹੀਂ ਵੀਲ ਚੇਅਰ ਤਾਂ ਤੁਹਾਨੂੰ ਖੜਨੇ ਪੈਣਾ ਜਿੰਨੀ ਕਿ ਤੂੰ ਜਾਨੀ ਪਾਈ ਦੀ ਆ ਕਿਨਵੀਂ ਪਲੇਟ ਆ ਭਾਈ ਵੀ ਤੋਬਾ ਯਾਰ ਲਾ ਤੋਬਾ ਤੇ ਬਾਕੀ ਦਾ ਕੀ ਬਣਿਆ ਹੈਗਾ ਤੇ ਤੋਬਾ 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 ਮੇਰੇ ਰੱਬਾ ਓਏ ਓਏ ਸਾਰਾ ਮਾਲ ਤੁਸੀਂ ਮੰਗਾਇਆ ਇਹ ਕਿੰਨੀ ਪਲੇਟ ਆ ਜਨਾਬ ਤੁਹਾਡੀ ਭਾਈ ਅੱਠਵੀਂ ਤੇ ਫਿਰ ਹੁਣ ਕੀ ਬਣੇਗਾ ਹਾਂਜੀ ਪੈਦਲ ਹੀ ਜਾਣਾ ਪੈਣਾ ਪੈਦਲ ਜਾਣਾ ਲਾਹੌਰ ਨੂੰ ਕਿ ਸ਼ੱਕਰ ਗੜ੍ਹ ਨੂੰ ਵੀਲ ਚੇਅਰ ਹੀ ਲੈਣੀ ਬਣੀ ਇਮਰਾਨ ਖਾਨ ਵਾਲੀ ਇਮਰਾਨ ਖਾਨ ਵਾਲੀ ਵੀਲ ਚੇਅਰ ਵਿਹਲੀ ਹੋ ਗਈ ਦੀ ਹੈ ਨਾ ਹੈ ਸਾਰਾ ਕੁਛ ਮੁਕਾਉਣਾ ਖਾਈ ਜਾਈਏ ਮਤਲਬ ਸਵਾਦ ਤਾਂ ਜ਼ਿਆਦਾ ਸੀ ਕਿ ਭੁੱਖ ਲੱਗੀ ਦੀ ਖਾਣੇ ਤੇ ਲਿਖਿਆ ਸੀ ਦੋ ਵਜੇ ਤੋਂ ਲੈ ਕੇ ਛੇ ਵਜੇ ਖਾਣਾ ਹੀ ਖਾਣਾ ਨਹੀਂ ਮਤਲਬ ਕਿ ਹੁਣ ਤੁਸੀਂ ਮੈਂ ਖਾ ਖਾ ਕੇ ਥੱਕ ਗਿਆ ਟਾਈਮ ਨਹੀਂ ਮੁੱਕਦਾ ਪਿਆ ਚਾਰ ਘੰਟੇ ਦਾ ਟਾਈਮ ਤੁਹਾਨੂੰ ਦਿੱਤਾ ਸਕੂਨ ਨਾਲ ਖਾਓ ਤੁਸੀਂ ਛੇ ਵਜੇ ਤੱਕ ਟਾਈਮ ਹਜੇ ਤੁਸੀਂ ਉੱਥੇ ਦੋ ਤਿੰਨ ਪਰਾਤਾਂ ਚੁੱਕ ਕੇ ਹੋਰ ਇੱਥੇ ਰੱਖ ਲਓ ਹਜੇ ਟਾਈਮ ਹੈਗਾ ਇਹਦੇ ਦੋ ਘੰਟੇ ਹੋਏ ਨੇ ਹਾਂਜੀ ਅੱਛਾ ਅੱਠ ਪਲੇਟਾਂ ਅੱਠ ਪੱਟ ਅੱਠ ਪਲੇਟਾਂ ਚੱਪਾ ਨਾ ਨਾ ਜ਼ਰੂਰ ਚੱਪਾ ਹੀ ਜਿਹੜੀ ਚੀਜ਼ ਬਣ ਗਈ ਸੀ ਉਹ ਤੇ ਖਾ ਲੈਣੀ ਚਾਹੀਦੀ ਸੀ ਨਾ ਪੱਕੇ ਤੇ ਵੀ ਨੀ ਖਾਣੇ ਨਫ਼ਰਤ ਨੀ ਹੋ ਗਈ ਮਹਿੰਗੇ ਨੇ ਬੋਤਲ ਦਾ ਕਿਨਵਾ ਡੱਕਾ ਉਹ ਜਨਾਬ ਉਹਨੇ ਥੋੜਾ ਥੋੜਾ ਕਰਦਿਆ ਪੂਰੀ ਪਲੇਟ ਦਿੱਤੀ ਦੀ ਦੇੜ ਹੈ ਅਜੇ ਤਾਂ ਸ਼ੁਰੂ ਕੀਤਾ ਹਜੇ ਤਾਂ ਦੋ ਘੰਟੇ ਹੋਏ ਨੇ ਛੇ ਘੰਟੇ ਦਾ ਟਾਈਮ ਆ ਛੇ ਵਜੇ ਤੱਕ ਦਾ ਚਾਰ ਘੰਟੇ ਹੋਣੇ ਨੇ ਪੂਰੇ ਉਹ ਪਰਾਤਾ ਦੋ ਤਿੰਨ ਇੱਥੇ ਫਿਰ ਲੈ ਆਓ ਰੱਖ ਲਓ ਇਮਰਾਨ ਖਾਨ ਨੂੰ ਪਹੁੰਚਾਓ ਇਮਰਾਨ ਖਾਨ ਨੂੰ ਕਿਉਂ ਪਹੁੰਚਾਣੇ ਵੀਲ ਚੇਅਰ ਤੇ ਵੀਲ ਚੇਅਰ ਜਿਹੜੀ ਆ ਉਹਦੀ ਵਿਹਲੀ ਹੋ ਗਈ ਹੁਣ ਤੁਸੀਂ ਪੈਦਲ ਜਾਓਗੇ ਜਾਂ ਤੁਹਾਨੂੰ ਕਿਤੇ ਚੁੱਕ ਕੇ ਖਾਣਾ ਪਏਗਾ ਜਿੰਨਾ ਕੁਛ ਖਾ ਲਿਆ ਤੁਸੀਂ ਪੈਦਲ ਜਾਣਾ ਪਏਗਾ ਮਤਲਬ ਢਿੱਡ ਕਿੱਥੇ ਗਏ ਤੁਹਾਡਾ ਵਾਹ ਵਾਹ ਦੋ ਵਾਹ ਯਾਰ ਲਾ ਦੋ ਵਾਹ ਫਿਰ ਹੁਣ ਹੁਣ ਫਿਰ ਗੱਡੀ ਵਾਲੇ ਕਰੀਏ ਫੋਨ ਜਾਂ ਪੈਦਲ ਜਾਣਾ ਤੁਸੀਂ ਜੋ ਸੂਰਤ ਹਾਲ ਆ ਤੁਹਾਡੀ ਪੈਦਲ ਵੀ ਨਹੀਂ ਜਾਣਾ ਤੁਸੀਂ ਮਾਸ਼ਾਅੱਲਾ ਬਹੁਤ ਬਾਹਰ ਨੂੰ ਰੋਟੀ ਪਹੁੰਚਾਉਣ ਆਏ ਆ ਜਨਾਬ ਰੋਟੀ ਬਹੁਤੀ ਖਾ ਲਈ ਦੀ ਹਾਂਜੀ ਆਪਣੀ ਦੂਧ ਚੋਂ ਬਹੁਤੀ ਖਾ ਲਈ ਦੀ ਤੁਸੀਂ ਵਾਸ਼ਰੂਮ ਚ ਗਏ ਆ ਭੈਣ ਲੋਟਾ ਕੋਈ ਨਹੀਂ ਹੈਗਾ ਲੇਕਿਨ ਬਾਹਰ ਹੀ ਆਣੇ ਪਿਆ
ਫੇਰ ਕੀ ਫੇਰ ਆਪਣਾ ਕੰਮ ਕੀਤਾ ਫਾਰਗ ਹੋ ਗਏ ਬਾਹਰ ਕਿੱਧਰ ਬਾਹਰ ਰੋਡ ਤੇ ਨਿਕਲੇ ਆ ਤੇ ਲੋਟਾ ਕਿਉਂ ਨਹੀਂ ਆਵੇ ਬਾਥਰੂਮ ਦੇ ਵਿੱਚ ਲੋਟਾ ਕੋਈ ਨਹੀਂ ਹੈਗਾ ਕੀ ਕਹਿਣਾ ਚਾਹੋਗੇ ਮੈਰਿਜ ਹਾਲ ਵਾਲਿਆਂ ਨੂੰ ਮੈਰਿਜ ਵਾਲਿਆਂ ਨੂੰ ਇਹ ਕਹਿਣਾ ਚਾਹਾਂਗੇ ਵੀ ਯਾਰ ਲੋਟੇ ਦੇ ਕੋਈ ਖਿਆਲ ਕਰਨ ਬੰਦਾ ਕੰਮ ਸੋ ਕੰਮ ਲੋਟਾ ਤੇ ਰੱਖੇ ਇੰਨੇ ਇੰਨੇ ਖਰਚਾ ਤੁਸੀਂ ਕਰਦੇ ਕਿ ਲੋਟਾ ਨਹੀਂ ਰੱਖ ਸਕਦੇ ਲੋਟਾ ਰੱਖਿਆ ਵਾ ਲੋਟਾ ਨਹੀਂ ਲੋਟਾ ਨਹੀਂ ਹੈਗਾ ਵੱਡਾ ਮੈਰਿਜ ਹਾਲ ਹੈ ਤੇ ਲੋਟਾ ਨਹੀਂ ਹੈ ਲੋਟਾ ਨਹੀਂ ਹੈਗਾ ਕੀ ਬਣਿਆ ਲੋਟਾ ਤੇ ਮੈਨੂੰ ਸ਼ੱਕ ਆਇਆ ਆ ਰਿਹਾ ਜੀ ਬਾਬਾ ਮਜ਼ਾ ਆਇਆ ਯਾਰ ਬੜੀਆਂ ਡਿਸ਼ਾਂ ਸੀ ਜਨਾਬ ਬਥੇਰੀਆਂ ਚੁੱਕੀਆਂ ਨਹੀਂ ਜੀ ਤਲਾਸ਼ੀ ਲੈ ਲਓ ਢਿੱਡ ਵੇਖ ਲਓ ਪਤਾ ਨਾ ਜੀ ਪਿੱਛੇ ਕੋਈ ਸ਼ੈਬ ਬਣਨਾ ਪਿਆ ਵੀ ਮਜ਼ਰ ਪੂਰਾ ਹੋ ਜਾਏ ਨਹੀਂ ਪਿੱਛੇ ਕਿੰਨੇ ਪਟ ਖਾਦੇ ਮਤਲਬ ਦੋ ਦਿਨ ਭੁੱਖ ਭੱਖ ਛੁੱਟੀ ਚਲੋ ਸਹੀ ਚਾਰ ਪਲੇਟਾਂ ਕੀਰ ਦੀਆਂ ਚਾਰ ਪਲੇਟਾਂ